नानक आखे रे मन ए सर्वन मेरे साचे सुनने पठार सच सुनने नू पठार शरीर लाए मेरे मोहन सर्वनी एह ना सुना नानक आखे मेरे मोहन सर्वनी एह ना सुना कहे कानक अमृत नाम सुनो पवित्र हो क्या सुनंदो पूड़ सर्वनी एह ना सुना साकत की एह ना सुनाए साकत गीत नाद तुन गावत साकत गीत नाद धुन गावत बोलत बोल अदाए एह ना बोल तू बोल अदा क्या सुनंदा पूरे ओ सरबनी मैंने तो सब तुम ज्यादा फिक्र को हटाया क्योंकि मेरे जीवन की सारी तरतीब ही तुहाडे हाथ तुसी कुराए पर जीवन ही कुराए कर इसी कारण की शरीर के सारे ही अंग अपनी थाने महत्ता रखते हैं हर अंग की आपकी अपनी वैल्यू है हर अंग का अपना कर्तव्य है मनुख हर एक अंग की जरूरत है नहीं तो अपंग हो जाता है पर दुनिया के लोगों एक ख्याल करो अंगों में कुछ विशेष अंग भी है जिन्हां विचों सरवण एक बड़े विशेष अंग ने मेरे जीवन की सारी उसारी उन्हां ते टिकी है मैनू बोलना ना आवे जे मैनू सुनना ना आवे मैं कल की तुस जिन्नी उसारी होंदी है वो सरवणा ते मां की गोदी विच पिता के सीने से लेट के जिहड़ियां लोरियां सुनदा है ना वो सुनने वाली लोरियां भी जिहड़ियां ने उनके जीवन का हिस्सा बन गई
ਅਜਾਂ ਤੱਕ ਤੁਸੀਂ ਜਿੰਨੇ ਕੁ ਸਕੂਲ ਕਾਲਜ ਯੂਨੀਵਰਸਿਟੀਆਂ ਖੁੱਲੀਆਂ ਨੇ ਉੱਥੇ ਕੀ ਹੁੰਦਾ ਕੀ ਹੁੰਦਾ? ਕੋਈ ਕੁਝ ਕਹਿੰਦਾ, ਕੋਈ ਕੁਝ ਸੁਣਦਾ, ਬਲਕਿ ਮਹੱਤਤਾ ਇੰਨੀ ਜੇ ਇੱਕ ਖਿਆਲ ਕਰਿਓ, ਕਹਿਣ ਵਾਲਾ ਕੋਈ ਇੱਕ ਅੱਧ ਹੁੰਦਾ, ਸੁਣਨ ਵਾਲੇ ਹਜ਼ਾਰਾਂ। ਸੁਣਨ ਵਾਲਿਆਂ ਦੀ ਬਹੁਤ ਗਿਣਤੀ ਹੁੰਦੀ, ਜਿੰਨੇ ਸਟੂਡੈਂਟ ਬੈਠੇ ਨੇ ਸਾਰੇ ਸੁਣ ਰਹੇ। ਇੱਕ ਪ੍ਰੋਫੈਸਰ ਬੋਲ ਰਿਹਾ, ਸੁਣਨ ਵਾਲਿਆਂ ਦੀ ਗਿਣਤੀ ਜ਼ਿਆਦਾ। ਕਿਉਂ ਕਿਉਂ ਕਿਉਂ? ਤੇ ਕੁਝ ਬਣ ਕੇ ਬੈਠਾ ਚੇਅਰ ਤੇ, ਜਿੰਨੇ ਸਟੂਡੈਂਟ ਆਏ ਨੇ ਅਜੇ ਕੁਝ ਬਣਨਾ ਚਾਹਦੇ ਨੇ, ਪ੍ਰਿੰਸੀਪਲ ਬਣ ਬੈਠਾ, ਪ੍ਰੋਫੈਸਰ ਬਣ ਬੈਠਾ, ਉਹ ਤਾਂ ਅਧਿਆਪਕ ਬਣ ਬੈਠਾ। ਹੋਰ ਜਿੰਨੇ ਸੈਂਕੜਿਆਂ ਦੀ ਤਾਦਾਦ ਵਿੱਚ ਸਟੂਡੈਂਟ ਬੈਠੇ ਨੇ, ਵਿਦਿਆਰਥੀ ਨੇ, ਅਜੇ ਉਹਨਾਂ ਕੁਝ ਬਣਿਆ ਨਹੀਂ। ਤੇ ਉਹਨਾਂ ਨੂੰ ਪਤਾ ਹੋਵੇ ਤੁਸੀਂ ਉਹ ਕੁਝ ਬਣਨਾ ਹੈ ਜੋ ਕੁਝ ਸੁਣਨਾ। ਜਿਹਨੇ ਜ਼ਿੰਦਗੀ ਵਿੱਚ ਕੁਝ ਸੁਣਿਆ ਨਹੀਂ ਉਹ ਕਦੀ ਬੋਲਿਆ ਵੀ ਨਹੀਂ। ਜਿੰਨੇ ਜੀਵਨ ਦੀ ਉਸਾਰੀ ਉਸ ਸਰਵਨਾ ਤੇ ਕੀਤੀ। ਇਸੇ ਲਈ ਗੁਰੂ ਸਰਵਨਾ ਨੂੰ ਮੁਖਾਤਬ ਕਰਦਾ ਤੇ ਆਖਦਾ, ਭਲਿਓ ਮੈਨੂੰ ਤੁਹਾਡਾ ਬੜਾ ਫਿਕਰ, ਜੇ ਤੁਸੀਂ ਕੂੜ ਸੁਣਨ ਲੱਗ ਪਏ ਮੈਂ ਕੂੜ ਹੋ ਜਾਵਾਂਗਾ, ਜੇ ਤੁਹਾਡੇ ਵਿੱਚ ਸੱਚ ਸੁਣਨ ਦੀ ਸ਼ਕਤੀ ਬਣੀ ਰਹੀ ਤੇ ਮੈਂ ਸੱਚ ਨਾਲ ਜੁੜ ਜਾਵਾਂਗਾ, ਜੋ ਕੁਝ ਸੁਣਨਾ ਉਹ ਕੁਝ ਬਣਦਾ। ਇਸੇ ਲਈ ਤਾਂ ਆਵਾਜ਼ ਮਿਲਦੀ। ਗੁਰੂ ਨਾਨਕ ਆਖਦਾ, ਮਨ ਦੇਖੀ ਕਿਤੇ ਸਿੱਖਿਆ ਕੂੜ ਦੀ ਨਾ ਸੁਣ ਲੈ, ਕਿਤੇ ਝੂਠ ਨੂੰ ਹੀ ਸੱਚ ਨਾ ਸਮਝ ਲਈ। ਤੁਹਾਨ ਤੇ ਇਹ ਹੈ, ਮਨ ਵੀ ਕੀ ਕਰੇ, ਸਰਵਣ ਵੀ ਕੀ ਕਰਨ, ਹੁਣ ਤੇ ਝੂਠ ਸੱਚ ਦੇ ਕੱਪੜੇ ਪਾ ਕੇ ਬੈਠਾ ਹੈ। ਗੁਰੂ ਨਾਨਕ ਨਹੀਂ ਆਖਿਆ ਮੁੱਖ ਝੂਠ, ਮੁੱਖ ਝੂਠ ਵਿਭੂਖਣ ਸਾਰ, ਮੁੱਖ ਝੂਠ ਵਿਭੂਖਣ ਸਾਰਨ ਤ੍ਰੈ ਪਾਲ ਤਿਹਾਲ ਵਿਚਾਰ। ਗੱਲ ਪਾਲ ਗੱਲ ਪਾਲ ਗੱਲ ਭਾਲ ਤਿਲਕ ਲਾਟ। ਗੁਰੂ ਨਾਨਕ ਨੂੰ 500 ਵਰ੍ਹਾਂ ਪਹਿਲਾਂ ਇਹ ਸੱਚਾਈ ਕਿਵੇਂ ਬਿਆਨ ਕਰਨ ਦੀ ਸ਼ਕਤੀ ਪ੍ਰਦਾਨ ਹੋਈ। ਅੱਜ ਵੀ ਗੱਲ ਮਾਲਾਂ ਤੇ ਲੰਬਿਆਂ ਚੋਲਿਆਂ ਵਾਲਿਆਂ ਦੇ ਅੰਦਰ ਹੀ ਝੂਠ ਫਸਦਾ ਹੈ। ਜਦੋਂ ਫਰੋਲ ਕੇ ਵੇਖੋ ਨਾ, ਕਿਸੇ ਦਾ ਚਿੱਟਾ ਚੋਲਾ ਵਿੱਚੋਂ ਝੂਠ ਹੀ ਨਿਕਲੇਗਾ, ਹੋਰ ਕੁਝ ਨਹੀਂ। ਗੁਰੂ ਨਾਨਕ ਨੇ ਸਦੀਆਂ ਪਹਿਲਾਂ ਆਪ ਦੇ ਕਹਿਣ ਲੱਗੇ, ਮੁੱਖ ਝੂਠ ਵਿਭੂਖਣ ਸਾਰ ਤ੍ਰੈ ਪਾਲ ਤਿਹਾਲ ਵਿਚਾਰ। ਗੱਲ ਪਾਲ ਤਿਲਕ ਲਾਟ ਗੁਲ ਧੋਤੀ ਵਸਤ ਕਪਾਟ। ਜੇ ਜਾਣ ਸੁਬਰਮਨ ਕਰ ਨਾਨਕ ਆਖੇ, ਜੇ ਜਾਣ ਸੁਬਰਮਨ ਕਰਮਨ ਸਭ ਕੋ ਨਾਨਕ ਆਖੇ, ਸਭ ਭੋਗਤ
झूठ बात सा सच।